कैप्टन साहब नूं आखो कि तुसीं साढ़े चार साल झूठी सौंह खा के तो उन्हां नाल रिश्तेदारी भगाउंदे रहिंदे हो, अजे ते मैनूं 2.5 महीने मिले ने। ਤੇ ਜੇ ਕੈਪਟਨ ਸਾਹਿਬ ਦਾ ਟਾਈਮ ਹੁੰਦਾ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਵੀ ਅੰਦਰ ਕਰ ਦਿੰਦਾ। ਮੈਂ ਜੀਟੀਏ ਦੇ ਬਿਆਨ ਕਿਵੇਂ ਦੇਖਦੇ ਹੋ? ਬਿਕਰਮ ਜੀਟੀਆ ਕੀ ਕਹਿੰਦਾ ਜਦੋਂ ਇਹ ਕਹਿ ਰਿਹਾ ਕਿ ਬਦਲੀਆਂ ਦੇ ਪੈਸੇ ਲਏ? ਉਹਨੂੰ ਤਾਂ ਬੋਲਣ ਦੀ ਆਦਤ ਆ, ਤੁਹਾਨੂੰ ਪਤਾ ਹੀ ਆ ਕਿ ਜੇ ਜਦੋਂ ਸੁਖਜਿੰਦਰ ਸਿੰਘ ਰੰਧਾਵੇ 'ਤੇ ਇਹੋ ਜਿਹੀ ਕੋਈ ਐਲੀਗੇਸ਼ਨ ਲੱਗੇਗਾ ਕਦੇ ਵੀ ਪੋਲੀਟਿਕਸ ਨਹੀਂ ਕਰੂਗਾ। ਇਹਨਾਂ ਬਸ਼ਰਮਾ ਵਾਂਗੂ ਇਹ ਚਿੱਟਾ ਮੂੰਹ 'ਤੇ ਲਵਾ ਕੇ ਤੁਰੇ ਫਿਰਦੇ, ਇਹਨਾਂ ਦੀ ਮੈਨੂੰ ਕੋਈ ਪਰਵਾਹ ਨਹੀਂ। ਬੇਅਦਬੀ ਦੇ ਮਾਮਲੇ ਦੀ ਬੜੀ ਲੋਕਾਂ ਨੂੰ ਆਸ ਹੈ। ਬੇਅਦਬੀ ਦੇ ਮਾਮਲੇ 'ਚ ਵੇਖੋ, ਜਿਹੜੀ ਮੈਂ ਤੁਹਾਡੇ ਨਾਲ ਬਿਲਕੁਲ ਮੈਂ ਸਹਿਮਤ ਹਾਂ, ਟਾਈਮ ਜਿਹੜਾ 2 ਮਹੀਨੇ ਦਾ ਮਿਲਿਆ, 2.5 ਮਹੀਨੇ ਕਹਿ ਲਓ, ਸਾਰੀਆਂ ਚੀਜ਼ਾਂ ਮੈਂ ਜਿਹੜੀਆਂ ਜਿਸ ਹਿਸਾਬ ਦੇ ਨਾਲ 4.5 ਸਾਲ ਤੋਂ ਬੇਅਦਬੀ ਦੇ ਬਾਰੇ ਕੋਈ ਸਰਕਾਰ ਨੇ ਇਹ ਚੁੱਕਿਆ ਨਹੀਂ, ਅਤੇ ਮੈਂ ਆਉਂਦਿਆਂ ਸਭ ਤੋਂ ਪਹਿਲਾਂ ਹਾਈਕੋਰਟ 'ਚ ਗਿਆ ਕਿ ਜਿਹੜਾ ਬਾਬਾ ਉਹਦੀ ਇਨਕੁਆਇਰੀ ਕੀਤੀ ਜਾਏ, ਉਹਦੀ ਕਸਟੋਡੀਅਲ ਜਿਹੜੀ ਇੰਟਰੋਗੇਸ਼ਨ ਕੀਤੀ ਜਾਏ। ਅਸੀਂ ਲੋਅਰ ਕੋਰਟ 'ਚ ਉਹਦੇ ਅਗੇਂਸਟ ਵਾਰੰਟ ਵੀ ਲੈ ਲਏ, ਉਹ ਹਾਈਕੋਰਟ ਚਲਾ ਗਿਆ। ਹਾਈਕੋਰਟ ਨੇ ਆਦੇਸ਼ ਦਿੱਤੇ ਕਿ ਤੁਸੀਂ ਉੱਥੇ ਜਾ ਕੇ ਉਹਦੀ ਉਹਨੂੰ ਇੰਟਰੋਗੇਟ ਕਰੇ। ਉਹਦੇ ਬਾਅਦ ਇਹ ਵੀ ਆਇਆ ਕਿ ਇਹਨਾਂ ਦੇ ਜਿਹੜੇ ਦੂਸਰੇ ਨਾਲ ਕੋਈ ਪ੍ਰੇਮੀ ਨੇ ਉਹਨਾਂ ਦੀ ਕੀਤੀ ਜਾਏ। ਉਹਦੇ 'ਚ ਜਾ ਕੇ ਪਰਸੋਂ ਸਾਡੀ ਟੀਮ ਡੇਰੇ 'ਚ ਵੀ ਗਈ, ਦੁਬਾਰਾ ਅਸੀਂ ਫਿਰ ਐਪਲੀਕੇਸ਼ਨ ਦਿੱਤੀ ਹੈ ਕਿ ਇਹਦੀ ਰਾਮ ਰਹੀਮ ਦੀ ਸਾਨੂੰ ਫਿਰ ਜਿਹੜੀ ਆ ਇਨਕੁਆਇਰੀ ਕਰਨ ਦੀ ਪਰਮਿਸ਼ਨ ਦਿੱਤੀ ਜਾਏ, ਇੰਟਰੋਗੇਟ ਕਰਨ ਲਈ। ਅਤੇ ਨਾਲ ਹੀ ਇਹ ਕਿਹਾ ਗਿਆ ਕਿ ਜਿੰਨੀ ਦੇਰ ਅਸੀਂ ਲੈ ਕੇ ਨਹੀਂ ਆਉਂਦੇ ਕਿ ਕਿੱਥੇ ਕਿੱਥੇ ਜੋ ਜੋ ਪੱਤਰੇ ਸੁੱਟੇ, ਬੇਅਦਬੀ ਕਿਵੇਂ ਹੋਈ, ਚੋਰੀ ਕਿਵੇਂ ਹੋਈ, ਇਹ ਸਾਡੀ ਅੱਗੇ ਉਹ ਮੁਲਜ਼ਮ ਨੂੰ ਲਿਆ ਕੇ ਇੱਥੇ ਰਿਕਵਰੀ ਬਾਰੇ ਵੀ ਕੀਤਾ ਜਾਵੇ। ਅਤੇ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਜਦੋਂ ਵਿੱਚ ਕੋਰਟਾਂ ਦੀ ਪ੍ਰਕਿਰਿਆ ਆ ਜਾਂਦੀ ਹੈ ਅਤੇ ਸਾਨੂੰ ਕੋਰਟ ਦਾ ਵੀ ਆਨਰ ਕਰਨਾ ਪੈਂਦਾ। ਜੇਲ੍ਹ ਦੇ ਵਿੱਚ ਸਿੱਧਾ ਅਸੀਂ ਜਾ ਨਹੀਂ ਸਕਦੇ, ਦੂਸਰੀ ਸਟੇਟ 'ਚ ਸਿੱਧਾ ਜਾ ਨਹੀਂ ਸਕਦੇ, ਪਰ ਕੋਸ਼ਿਸ਼ ਕਰ ਰਹੇ ਕਿ ਡੇ ਬਾਈ ਡੇ ਅਸੀਂ ਇਸ ਕੰਮ 'ਚ ਲੱਗੇ ਹਾਂ ਔਰ ਸਾਨੂੰ ਸਫਲਤਾ ਮਿਲੇਗੀ। ਸਰ, ਲਾਸਟ ਸਵਾਲ ਹੈ ਕਿ ਜਿਹੜੇ ਪ੍ਰੋਟੈਸਟਰਸ ਦੇ ਉੱਤੇ ਲਾਠੀਚਾਰਜ ਹੋ ਰਿਹਾ, ਦੇਖੋ ਮੈਂ ਇਹ ਵੀ ਕਹਿੰਦਾ ਕਿ ਇਲੈਕਸ਼ਨਸ ਦੇ ਵਿੱਚ ਇੰਨਾ ਵਾਇਲੈਂਟ ਨਹੀਂ ਹੋਣਾ ਚਾਹੀਦਾ। ਇਲੈਕਸ਼ਨ ਆਉਂਦੀਆਂ ਨੇ, ਮੁਲਾਜ਼ਮਾਂ ਨੂੰ ਚਾਹੀਦਾ ਕਿ ਜਿਹੜੀ 5 ਸਾਲ ਅਸੀਂ ਉਹਨਾਂ ਦੇ ਨਾਲ ਹੁੰਦੇ ਹਾਂ, ਮੇਰੇ ਖਿਆਲ 150 ਕਰੋੜ ਜਿਹੜੀ ਆ ਕਿ ਹਰ ਰੋਜ਼ ਤਨਖਾਹ ਦਿੱਤੀ ਜਾਂਦੀ ਹੈ ਮੁਲਾਜ਼ਮਾਂ ਨੂੰ, ਅਤੇ ਜਿੱਥੇ ਇੰਨੀ 35 ਲੱਖ ਇੰਪਲੋਏ ਪੰਜਾਬ 'ਚ ਬੇਰੁਜ਼ਗਾਰ ਆ, ਅਤੇ ਸਾਰਿਆਂ ਨੂੰ ਰੁਜ਼ਗਾਰ ਦਿੱਤਾ ਵੀ ਨਹੀਂ ਜਾ ਸਕਦਾ। ਜੇ ਅਸੀਂ ਇਹ ਚੀਜ਼ਾਂ ਨੂੰ ਲੈ ਕੇ ਚੱਲੀਏ, ਜਿੱਦਾਂ ਆ ਮੈਂ ਇੱਥੇ ਲਾਇਆ ਅਤੇ ਜੇ ਜਿੱਥੇ ਖੜ੍ਹੇ ਹਾਂ, ਜਿੰਨੀ ਦੇਰ ਇਹੋ ਜਿਹੀਆਂ ਚੀਜ਼ਾਂ ਨਹੀਂ ਕੀਤੀਆਂ ਜਾਣਗੀਆਂ, ਪੰਜਾਬ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋਏਗਾ। ਮੈਜਿਸਟਰੀਅਲ ਇਨਕੁਆਇਰੀ ਜਿਹੜੀ ਹੈ, ਜਿਹੜਾ ਲਾਠੀਚਾਰਜ ਹੁੰਦਾ ਉਹਦੇ 'ਚ ਮੈਜਿਸਟਰੀਅਲ ਜਿਹੜੀ ਇਨਕੁਆਇਰੀ ਆਈ ਹੈ, ਜੋ ਮੈਜਿਸਟਰੇਟ ਜਿਹਨੇ ਆਪਣੀ ਰਿਪੋਰਟ ਦੇਗਾ ਉਹਦੇ 'ਤੇ ਸਖ਼ਤ ਐਕਸ਼ਨ ਕੀਤਾ ਜਾਏ। ਇਹ ਵੇਖੋ ਨਾ, ਹੁਣ ਮੈਜਿਸਟਰੇਟ ਦੀ ਜਿਹੜੀ ਜਦੋਂ ਇਨਕੁਆਇਰੀ ਹੋਊਗੀ ਉਹਦੇ ਬਾਰੇ ਮਿਨਿਸਟਰ ਕੁਛ ਨਹੀਂ ਕਹਿ ਸਕਦਾ, ਉਹਦੀ ਇਨਕੁਆਇਰੀ ਮਾਰਕ ਹੋ ਕੇ ਜਿਹੜੀ ਹੈਗੀ ਸਖ਼ਤ ਕਾਰਵਾਈ ਕੀਤੀ ਜਾਏਗੀ। ਕੈਪਟਨ ਸਾਹਿਬ ਕਹਿ ਰਹੇ ਹੁੰਦਾ ਗ੍ਰਹਿ ਮੰਤਰਾਲੇ ਗਾਬਾ ਦਾ ਬਾਦਲਾਂ ਕਿਉਂ ਨਿੰਦਰ ਕਰਦੇ ਜੀ? ਕੈਪਟਨ ਸਾਹਿਬ ਨੂੰ ਆਖੋ ਕਿ ਤੁਸੀਂ 4.5 ਸਾਲ ਝੂਠੀ ਸੌਂਹ ਖਾ ਕੇ ਅਤੇ ਉਹਨਾਂ ਨਾਲ ਰਿਸ਼ਤੇਦਾਰੀ ਭਗਾਉਂਦੇ ਰਹਿੰਦੇ ਹੋ, ਅਜੇ ਤਾਂ ਮੈਨੂੰ 2.5 ਮਹੀਨੇ ਮਿਲੇ ਨੇ, ਅਤੇ ਜੇ ਕੈਪਟਨ ਸਾਹਿਬ ਦਾ ਟਾਈਮ ਹੁੰਦਾ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਵੀ ਅੰਦਰ ਕਰ ਦਿੰਦਾ। ਮੈਂ